ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਠੀਕ ਠਾਕ ਹੋ? ਸਿਹਤਾਂ ਤਬੀਤਾਂ ਜੋਜਾ ਨੇ? ਲੋਹਾਂ ਵੀਰ ਜੀ, ਅੱਜ ਫਿਰ ਕਾਫੀ ਤਕਰੀਬਨ 2 ਮਹੀਨੇ ਤੋਂ ਬਾਅਦ, 2 ਮਹੀਨੇ ਹੋ ਹੀ ਗਏ ਨੇ, ਦੋ ਮਹੀਨੇ, ਕਿਉਂਕਿ ਕਬੂਤਰਾਂ ਨੂੰ ਜੋ ਰੈਸਟ ਦਵਾਈ ਕੁਝ ਜੋੜੇ ਸੇਲ ਮੈਂ ਕਰਤੇ ਸਨ ਧੱਕੇ ਨਾਲ, ਅਤੇ ਨਿੱਕੇ ਨੇ 1-5 ਲੈਣਾ ਸੀ। ਇਹ ਦੇਖੋ ਮਾਸ਼ਾਅੱਲਾ ਜਨਾਬ, 30 ਬੱਚੇ 10-10 ਬੱਚਿਆਂ ਨੂੰ ਮੈਂ ਕੜੀਆਂ ਪਾਈਆਂ ਵੀਰ ਜੀ, ਠੀਕ ਹੈ, ਸਭ ਰਿਜ਼ਲਟਿਡ ਬੱਚੇ ਹੋਣਗੇ, ਠੀਕ ਹੈ। ਇਹ ਦੇਖੋ ਮਾਸ਼ਾਅੱਲਾ ਜਨਾਬ, 1, 2, 3, 4, 5, 6, 7, 8, 9, 10 ਪਹਿਲੇ ਇਹ 10 ਬੱਚੇ ਨੇ ਪਹਿਲੀ ਵੀਡੀਓ। ਦੂਜੀ ਵੀਡੀਓ ਇਨਸ਼ਾਅੱਲਾ ਮੈਂ ਲਗਾਵਾਂਗਾ ਸ਼ੌਕ ਬੱਚਿਆਂ ਦਾ, ਨਾਲ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਕਰਾ ਦਿਆਂਗਾ, ਲੇਕਿਨ ਇਹ ਵੀਡੀਓ ਜਿਹੜੀ ਹੈ ਸਿਰਫ ਔਰ ਸਿਰਫ ਇਹਨਾਂ 10 ਬੱਚਿਆਂ ਦੀ ਆ, ਠੀਕ ਹੈ। ਸਾਰੇ ਜ਼ੀਰੋ ਕਲੀ, ਪਹਿਲੀ ਕਲੀ, ਦੂਸਰੀ ਕਲੀ ਦੇ ਕੋਈ ਵੀ ਨਹੀਂ, ਜ਼ੀਰੋ ਕਲੀ ਔਰ ਪਹਿਲੀ ਕਲੀ ਦੇ। ਨਜ਼ਰ ਮਾਰ ਲਵੋ, 1, 2, 3, 4, 5, 6, 7, 8, 9, 10। ਅੱਛਾ, ਹੁਣ ਨਾਲ ਦੱਸੀ ਜਾਵੇ ਉਹ ਕਿਹੜੇ ਕਿਹੜੇ ਜੋੜੇ ਦੇ ਗੋਲਡਨ ਦਾ, 2 ਡੱਬ ਵਾਲੇ, ਟੇਡੀ ਦਾ, ਪੈਂਤੀਆਂ ਵਾਲੇ, ਅਤੇ ਇੱਕ ਇਹ ਬੱਚਾ ਜੀ, ਅਤੇ ਇੱਕ ਉਹ ਕੋਨੇ 'ਚ ਇਹ ਡੱਬ ਵਾਲਾ ਦੇ ਨਾਲ ਗੋਲਡਨ ਨਾਰ ਉਹਦਾ ਬੱਚਾ, ਇਹ ਬੱਚਾ ਇਹਨੂੰ ਕੜੀ ਅਤੇ ਇਹਨੂੰ ਇੱਕੋ ਜਿਹੀ ਪਈ ਹੈ ਜਨਾਬ। ਇਹ ਬੱਚਾ ਮੇਰੇ ਕੋਲ ਨਾਰ ਲਿਆਉਂਦੇ ਜਿਹਨਾਂ ਉੱਡਦੇ ਸਰ, ਉਹ ਬਹੁਤ ਤਾਵਰ ਹੋ ਗਿਆ ਸੀ, ਤੈਨੂੰ ਕਿਹਾ ਸੀ ਜੋੜਾ, ਉਸ ਰਾਤ ਰੁਕਦੇ ਹੀ ਕੋਈ ਨਹੀਂ, ਜੋੜਾ ਥੋੜ੍ਹਾ ਚੇਂਜ ਕਰੋ। ਖੈਰ ਜੇਠ ਵਾਲੇ ਠੀਕ ਨੇ, ਤਿਆਰ ਕੀਤੇ ਹੋਵੇ ਨਾ ਜੇਠ ਵਾਸਤੇ ਸਹੀ, ਜੇਠ 'ਚ ਪਤਾ ਲੱਗਾ ਕਿ ਕੀ ਕਰਦੇ ਨੇ, ਆਮ ਮੌਸਮ 'ਚ ਰਾਤ ਬਾਹਰ ਰਹਿ ਜਾਂਦੇ ਨੇ ਵੀਰ ਜੀ। ਦੂਜਾ ਭਰਾ ਦਾ ਕਿਹੜਾ? ਦੂਜਾ ਭਾਈ ਦਾ ਇਹ ਲਾ ਠੀਕ ਇਹ ਵੇਖੋ ਜੀ, ਐਪ ਦਾ ਦੂਜਾ ਭਰਾ ਹੈ, ਠੀਕ ਹੈ ਜੀ। ਵਿੱਚ ਟੈਡੀ ਬੱਚੇ ਵੀ ਨੇ, ਬਾਂਕਿਆਂ ਬੱਚਿਆਂ ਦੀ ਵੀ ਮੈਂ ਅਲੱਗ ਲਿਆਂਗਾ ਜਿਹੜੇ ਵੱਡੇ ਜੋੜੇ ਦੇ, ਠੀਕ ਹੈ। ਇਹ ਲੈਟ ਬੱਲ ਉਹ ਲੋ ਹਾਂ ਵੀਰ ਜੀ, ਇਹ ਨਜ਼ਰ ਮਾਰੋ ਵੀਰ ਜੀ, ਨਿੱਕਾ ਲੈਟ ਜਲਾਉਣ ਗਿਆ, ਬੱਚੇ ਹੋਰ ਵੀ ਰੈਡੀ ਹੋਏ ਨੇ ਉਹਨਾਂ ਦੀ, ਮੈਂ 10-10 ਬੱਚਿਆਂ ਦੀ ਜੇ ਪੱਖਾ ਨਾ ਲਾਇਓ, ਕਿਉਂਕਿ ਪੱਖੇ ਦਾ ਸ਼ੋਰ ਹੋ ਜਾਂਦਾ, ਸ਼ੋਰ ਕਰਦੇ ਜਾਇਓ। ਹੋ ਗਈ ਆ ਲਾਈਟ ਆਨ, ਇਹ ਜਿਹੜੇ ਪਹਿਲੇ ਡੱਬ ਵਾਲੀ ਮਾਦੀ ਅਤੇ ਗੋਲਡਨ ਨਾਰ ਵਿਖਾਓ ਨਾ, ਉਹ ਡੱਬ ਵਾਲੀ ਮਾਦੀ ਬੈਠੀ ਹੈ ਉੱਥੇ ਦਿਖਾ, ਇਹ ਡੱਬ ਵਾਲੀ ਮਾਦੀ, ਬਾਂਕੇ ਦੇ ਪਿੱਛੇ ਨਾਲ ਵੱਡਾ ਗੋਲਡਨ ਨਾਰ ਬੈਠਿਆ ਜਨਾਬ, ਚਿੱਟੇ ਮੱਥੇ ਵਾਲਾ। ਅਤੇ ਹੋਰ ਕਿਹੜੇ ਜੋੜੇ ਦਾ ਸੀ ਜੀ? ਹਾਂ, ਉਹਨਾਂ ਦਾ ਮਾਂ ਪਿਓ ਕਿਹੜਾ? ਅੱਗੋਂ ਫਿਰ ਅੰਡੇ ਦਿੱਤੇ, ਇਹ ਮਾਦੀ ਹੈ ਜਨਾਬ, ਇਹ ਗੋਲਡਨ ਨਾਰ ਹੈ, ਉਹ ਥੱਲੇ ਡਿੱਗਾ, ਇਹ ਵਿੱਚ ਇਹ ਆ ਗਏ ਜਨਾਬ। ਇਹਦੇ ਬੱਚੇ ਨੇ ਦੋ ਹੋਰ, ਬਦਾਮ ਸਿਰੀ ਕਿਹੜੀ ਹੈ?
ਇਹ ਮੋਦੀਆਂ ਵਾਲਾ ਉਹ ਛੱਤ ਵਾਲੇ ਦੇ ਵੀ ਮਸ਼ਲਾ ਕਾਫੀ ਹੈ ਲੱਗੂ ਬੱਚੇ ਤੂੰ ਹੋਰ ਸੈਟਅਪ ਅਸਲ ਇੱਥੇ ਠੀਕ ਹੈ ਛੇੜਛਾੜ ਗੁਣਦਾ ਸਲੇਟਿਆਂ ਦੇ ਬੜੇ ਹੀ ਆਸ਼ਕ ਨੇ ਬੜੇ ਆਸ਼ਕ ਨੇ ਦੂਜੇ ਜੋੜਾ ਹੋਰ ਕਿਹੜਾ ਜੀ ਹੋਰ ਬੱਚੇ ਜੋੜਾ ਜਨਾਬ ਇਹ ਹੈ ਨਾਲ ਲਾਉਣ ਦਿਓ ਨਾ ਇਹ ਮਾਦੀ ਹੈ ਕੁਝਾਂ ਨੂੰ ਪੀਲੀਆਂ ਕੜੀਆਂ ਪਾਈਆਂ ਮੈਂ ਠੀਕ ਹੈ ਕੁਝਾਂ ਨੂੰ ਸਬਜ਼ ਕੜੀਆਂ ਪਾਈਆਂ ਠੀਕ ਹੈ ਪੀਲੀਆਂ ਕੜੀਆਂ ਵਾਲਿਆਂ ਵਿੱਚ 6 ਬੱਚੇ ਬਾਂਕੇ ਨੇ 2 ਟੈਡੀ ਨੇ 2 ਛੱਤ ਵਾਲੇ ਇੱਕ ਇਹ ਛੱਤ ਵਾਲਾ ਬੱਚਾ ਠੀਕ ਹੈ ਇਸ ਤੋਂ ਬਾਅਦ ਉਹ ਬਾਂਕਾ ਬੱਚਾ ਪੀਲੀਆਂ ਕੜੀਆਂ ਵਾਲਾ ਇਹ ਚਿੱਟੀਆਂ ਕੜੀਆਂ ਵਾਲੇ ਤਾਂ ਤੁਹਾਨੂੰ ਮੈਂ ਸ਼ੋਅ ਕਰਵਾ ਤਾ ਕੁਝ ਬੱਚੇ ਬਾਹਰ ਮਾਸ਼ਾਅੱਲਾ ਇਹ ਨਜ਼ਰ ਮਾਰੋ ਠੀਕ ਹੈ ਜੀ ਇਹ ਦੇਖੋ ਮਾਸ਼ਾਅੱਲਾ ਇਹ ਚੀਜ਼ਾਂ ਬਣਦੀਆਂ ਨੇ ਇਹ ਬਾਂਕੇ ਇਹ ਬਣਦੇ ਨੇ ਇਹ ਨਜ਼ਰ ਦੇਖੋ ਮਾਸ਼ਾਅੱਲਾ ਜਨਾਬ ਨਹੀਂ ਸੱਚੇ ਤਾਂ ਕੈਂਠਿਆਂ ਲੈ ਲਓ ਇਹ ਕੈਂਠਿਆਂ ਲੈ ਬਾਂਕਾ ਪੱਠਾ ਜਵਾਨ ਮੇਰੇ ਕੋਲ ਤਾਂ ਮਾਸ਼ਾਅੱਲਾ ਲੈਣ ਲੱਗੀ ਹੈ ਬਾਂਕਿਆਂ ਦੀ ਇਹ ਵੇਖੋ ਮਾਸ਼ਾਅੱਲਾ ਤੂੰ ਬੱਚੇ ਵੀ ਵਾਹਵਾ ਕੱਢੇ ਇਹ ਨਾ ਇਹ ਵੀ ਬੈਠੇ ਆ ਜਨਾਬ ਵੱਡਾ ਮੇਨ ਜੋੜਾ ਜਨਾਬ ਉਹ ਮੈਂ ਪਿੱਛੇ ਜਿਹਾ ਦੱਸਿਆ ਸੀ ਕਿ ਉਹ ਭਾਈ ਅੰਸਰ ਭਾਈ ਨੇ ਉਹ ਲੈ ਗਏ 30,000 ਰੁਪਏ ਤਾਂ ਉਹਨਾਂ ਨੇ ਲਿਆ ਸੀ ਜਨਾਬ ਇਹ ਵੇਖੋ ਮਾਸ਼ਾਅੱਲਾ ਅੱਗੋਂ ਉਹਨਾਂ ਦੇ ਪੱਠੀਆਂ ਪੱਠੇ ਇਹ ਉਹਨਾਂ ਉਸ ਜੋੜੇ ਦੇ ਪੱਠੀਆਂ ਪੱਠੇ ਇਹ ਸਲੇਟੇ ਉਹਨਾਂ ਦੇ ਨੇ ਰੋਕੇ ਇਹ ਹੁਣ ਤੁਹਾਨੂੰ ਬਾਂਕਿਆਂ ਦਾ ਵੀ ਤੁਹਾਨੂੰ ਮੈਂ ਸ਼ੋਅ ਕਰਵਾਉਂਦਾ ਵਾਂ ਠੀਕ ਹੈ ਇਹ ਬੱਚਿਆਂ ਦਰ ਘਰੋਂ ਲਿਆਓ ਜੀ ਬਾਂਕੇ ਇਸੇ ਵੀਡੀਓ 'ਚ ਕਰਾਓ ਇਸ ਲਾਖੀ ਮਾਦੀ ਦਾ ਵੀ ਬੱਚਾ ਆਇਆ ਸੀ ਨਾ ਨਰ ਨਰ ਕਿਹੜਾ ਸਰ ਅੱਛਾ ਬੱਚੇ ਕੋਈ ਹੋਰ ਰੈਡੀ ਹੋਏ ਨਾ ਮਗਰ ਅਸਲ ਟਾਈਮ ਨਹੀਂ ਲੱਗਾ ਮੈਨੂੰ ਨਾਲੇ ਬਾਰਿਸ਼ਾਂ ਸਨ ਮੈਂ ਕਿਸੇ ਭਰਾ ਨੂੰ ਦਿੱਤੇ ਨਾ ਤਾਂ ਅੱਖਾਂ ਛੱਕਾਂ ਦਾ ਵਾਇਰਸ ਹੈ ਇੱਥੇ ਤੱਕ ਫਰੈਸ਼ ਤਿਆਰ ਨਾ ਸਾਰੇ ਸਲੇਟਿਆ ਲੱਗ ਗਿਆ ਜੋੜਾ ਬਸ ਇਹ ਦੋਵੇਂ ਮਾਦੀਆਂ ਤੂੰ ਆਉਣਾ ਹੈ ਮਾਦੀਆਂ ਹਨ ਮੇਰੇ ਕੋਲ ਵੀ ਇੱਕ ਨਾਰ ਅਤੇ ਇੱਕ ਮਾਦੀ ਨਿਕਲੀ ਮੈਂ ਵੀ ਜੋੜਾ ਬਣਾਇਆ ਆਪਸ ਵਿੱਚ ਲੱਗ ਡੱਕੇ ਆਉਣ ਲਈ ਇਲਮ ਸ਼ੱਕਾ ਲੱਗਾ ਕੋਈ ਨਹੀਂ ਇਹ ਦੇਖੋ ਜਨਾਬ ਲਿਆਓ ਜੀ ਦੂਜੇ ਵੀ 10-12 ਲਿਆਓ ਵੀਡੀਓ ਉਹਨਾਂ ਦੀ